हाँ जी, अस्सलाम वालेकुम। की हाल चाल? उम्मीद करदा सारे वीर भरा सज्जन मित्र ठीक ठाक होंगे। किदा फिर आ गए हैं, लौट आ गए हैं। तो अज अपने नाल एक पाकिस्तानी वीर भरा मौजूद आ, अमेर ही आ अपने नाल। पिछली वीडियो दे विच तुसी देखिया होना उन्हूं, तो अज उहदे नाल आपां इंट्रोडक्शन करते हैं, उहदी वीडियो बनाउंदे हैं। नाले आपां बैठे हाँ मैकडोनल्ड दे विच, देखो तुसी पिछे व्यू, तो अपना घर आही है। ठीक है जी, ते उमैर भाई आ गए ने। उमैर भाई की हाल चाल? सब ठीक है, वधिया। सुनाओ किदा काम शाम जा रहा? शुक्र अल्लाह पाक दा ठीक। आ गए हो, किन्ने बजे आए? मैं 11 बजे आया। अच्छा, और कोई नवीं ताजी है? किदा कोई ऑर्डर ऑर्डर लग गए कि नहीं? नहीं हले ऑर्डर लगने। अच्छा, बस लगने ले ऑर्डर, बस उन्हें आके बैठे हैं अल्लाह। अच्छा ठीक है जी, उमैर भाई आ गए। इधर हसनैन भाई भी अपने नाल मौजूद ने। ते हां हसनैन किदा? ਵਧੀਆ। ਕੋਈ ਟਿਪ ਟੁਪ ਲੱਭ ਰਹੀ ਆ ਕਿ ਨਹੀਂ? ਬਾਈ ਇੱਥੇ ਤਾਂ ਵਕੀਲ ਲੋਕ ਰਹਿੰਦੇ ਨੇ, ਸਿੱਧੀ ਗੱਲ ਆ। ਅੱਛਾ, ਟਿਪ ਟੁਪ ਵਾਲਾ ਕੰਮ ਝੂਠ ਹੀ ਆ ਫਿਰ? ਹੈ ਨਹੀਂ, ਉੱਥੇ ਕੀ ਕਿਹਾ ਕੇ ਲਿਆਉਂਦਾ ਸੀ ਤੁਹਾਨੂੰ? ਤੁਹਾਨੂੰ ਤਾਂ ਕਹਿੰਦੇ ਸੀ ਭੈਣ ਟਿਪ ਵੀ ਮਿਲਣੀ ਆ, ਅਤੇ ਜੇ ਵੀ ਹੋਣਾ ਕਿਹਾ ਸੀ ਕਿ ਤੁਹਾਨੂੰ ਡੇਲੀ ਦੀ ਟਿਪ ਵੀ ਹੋਇਆ ਕਰੇਗੀ, ਚੰਗਾ ਭਲਾ ਮਤਲਬ ਪੈਸਾ ਕਮਾਓਗੇ, ਇੱਥੇ ਆ ਕੇ ਤਾਂ ਖੱਜਲ ਹੋ ਰਹੇ ਹੋ। ਸਹੀ ਗੱਲ ਆ। ਅਤੇ ਆਪਣੇ ਜਿਹੜੇ ਵੀਰ ਭਰਾ ਆਉਣਾ ਚਾਹੁੰਦੇ, ਉਹਨਾਂ ਨੂੰ ਕੀ ਮੈਸੇਜ ਦਿਓਗੇ? ਉਹਨਾਂ ਨੂੰ ਮੈਸੇਜ ਇਹੀ ਦੇਣਾ ਚਾਹਾਂਗੇ, ਆਓ, ਲੇਕਿਨ ਮਿਹਨਤ ਕਰਨੀ ਪੈਣੀ ਹੈ ਤੁਹਾਨੂੰ, ਮਿਹਨਤ ਕਰੋ। ਕਿੰਨੇ ਘੰਟੇ ਡਿਊਟੀ ਕਰਦੇ ਹੋ ਤੁਸੀਂ? ਅਸੀਂ ਤਾਂ 12 ਘੰਟੇ ਡਿਊਟੀ ਕਰਦੇ ਹਾਂ, ਲੇਕਿਨ ਫਿਰ ਵੀ ਮਰ ਕੇ ਅਸੀਂ ਜਦੋਂ ਰੂਮ 'ਚ ਜਾਂਦੇ ਹਾਂ ਤਾਂ ਸਾਡਾ ਸੁਪਰਵਾਈਜ਼ਰ ਕਹਿੰਦਾ ਵਾ ਕਿ ਬਹੁਤ ਥੋੜ੍ਹਾ ਕੰਮ ਕੀਤਾ ਤੁਸੀਂ। ਮਰ ਕੇ ਕਿੰਨੀਆਂ ਕਰਦੇ ਤੁਸੀਂ? 15, 13, 14, 15। ਸਹੀ, ਇਹਦਾ ਮਤਲਬ ਮਿਹਨਤ ਕਰਨੀ ਪੈਣੀ ਹੈ। ਹੈ ਪਾਕਿਸਤਾਨ ਵਾਲੇ ਹਾਲ ਨਹੀਂ ਹੈਗੇ, ਅਗਲੇ ਘਰੋਂ ਸੁਪਰਵਾਈਜ਼ਰ ਵਾਪਸ ਮੋੜ ਦਿੰਦੇ ਆ ਜੀ, ਸੁਣ ਲਿਆ ਤੁਸੀਂ? ਹੈ ਬੜਾ ਨਹੀਂ ਦਿੰਦੇ, ਚਲੋ ਵਾਪਸ, ਗੋ ਬੈਕ, ਗੋ ਬੈਕ, ਗੋ ਬੈਕ, ਗੋ ਬੈਕ। ਲੱਗਦਾ ਅੰਗਰੇਜ਼ੀ ਮਾਡਰ ਰੱਖਿਆ ਉੱਥੇ ਤੁਸੀਂ। ਹੈ ਸਹੀ ਹੈ। ਹੋਰ ਮੈਰ ਦੋਗੇ? ਅੱਛਾ ਚਲੋ ਠੀਕ ਹੈ ਜੀ, ਮਿਲਦੇ ਆ ਥੋੜ੍ਹੀ ਬ੍ਰੇਕ ਤੋਂ ਬਾਅਦ, ਅਤੇ ਹਮਜ਼ਾ ਵਲੌਗ ਦੇ ਨਾਲ ਜੁੜੇ ਰਹੋ। ਹਾਂਜੀ ਕਿੱਦਾਂ? ਰੈਸਟ ਟਾਈਮ ਹੋ ਗਿਆ ਸੀ, ਮੈਂ ਕਿਹਾ ਚੱਲਦੇ ਹਾਂ ਰੂਮ 'ਤੇ, ਅਤੇ ਜਾ ਕੇ ਖਾਈਏ ਰੋਟੀ ਛੋਟੀ, ਅਤੇ ਆਪਾਂ ਬਣਾ ਲਈ ਆ ਰੋਟੀ। ਅਤੇ ਅੱਜ ਹਾਂਡੀ ਬਣਾਵਾਂ ਚਿਕਨ, ਅੱਜ ਚਿਕਨ ਹੀ ਖਾਵਾਂਗੇ। ਅੱਜ ਇਹਦੀਆਂ ਰੜੀਆਂ ਕੱਢਣੀਆਂ, ਰੜੀਆਂ ਸਮਝਦੇ ਨਾ, ਰੜੀਆਂ ਅੱਜ ਉਹ ਕੱਢਣੀਆਂ ਇਹਦੀਆਂ। ਅਤੇ ਬਾਕੀ ਆਪਣੇ ਭਰਾ ਨੂੰ ਸਪੋਰਟ ਕਰੋ, ਅਤੇ ਬਾਕੀ ਯਾਰ ਮਿੱਤਰ ਆ ਰਹੇ ਆ, ਉਹਨਾਂ ਦੇ ਨਾਲ ਰਲ ਕੇ ਰੋਟੀ ਰੋਟੀ ਖਾਂਦੇ ਹਾਂ, ਫਿਰ ਜਾਂਦੇ ਹਾਂ। 2 ਘੰਟੇ ਦੀ ਰੈਸਟ ਆ ਸਾਡੀ, 2 ਘੰਟੇ ਤੋਂ ਬਾਅਦ ਨਿਕਲਦੇ ਹਾਂ ਫਿਰ ਸ਼ਾਮ ਨੂੰ, ਮੌਸਮ ਠੰਡਾ ਹੁੰਦਾ ਤਾਂ। ਅਤੇ ਬਾਕੀ ਆਪਣਾ ਵਧੀਆ ਜਿਹਾ ਖਿਆਲ ਰੱਖਿਓ, ਅਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅਤੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਅਤੇ ਸ਼ੇਅਰ ਵੀ ਕਰਿਓ ਲਾਜ਼ਮੀ। ਉਨੀ ਦੇਰ ਤੱਕ ਆਪਣਾ ਬਹੁਤਾ ਬਹੁਤਾ ਖਿਆਲ ਰੱਖਿਓ। ਅੱਲਾ ਹਾਫਿਜ਼।